हाँ जी, सत श्री अकाल जी। स्वागत है मित्रों जटाणा फार्म चैनल ते। पहला तो जी सारे भरावां नूं नवे साल दियां लख लख मुबारकां। रब मुरे अरदास करदे आं कि यह नवा साल तुहाडे लई खुशियां खेड़े लैके आवे जी। लै मित्रों अज आपां पहुंचे हां रामपुरा पशु मंडी ते, जो कि महीने च एक बारी लगदी हैगी। कि अज 1/1/2023 नवा साल आ, ते पिछले साल दियां वीडियो नूं तुसीं बहुत ज्यादा प्यार दित्ता गा। इस उम्मीद नाल जी अज आपां नवे साल च पहली वीडियो लैके तुहाडे सामने हाजिर होए आंगे। ते उम्मीद है जी इस साल च भी तुसीं बहुत प्यार दोगे, ते बने रहो जी वीडियो दे एंड तक। जे कोई भरा अपने चैनल दी सपोर्ट करना चाहुंदा, साडी मदद करना चाहुंदा, तां थल्ले जी सुपर थैंक्स दा ऑप्शन आउंदा गा, तुसीं सानूं सुपर थैंक्स भी दे सकदे होगे। ते वीडियो दे एंड तक बने रहो जी। जिहड़े भरा चैनल ते पहली बार आए आ, चैनल नूं कर लो जी सबसक्राइब। ते जे यही वीडियो तुसीं फेसबुक पेज ते देख रहे हो, तां पेज नूं फॉलो करना ना भुल्लो। ते वीडियो दे एंड तक बने रहो जी। ते तुहानूं दिखाउने आ टॉप क्वालिटी दीआं मझां। इत्थे रामपुरा पशु मंडी ते बहुत बारी आउंदा गा, ते बहुत टॉप क्वालिटी दीआं मझां आउंदियां गीआं। वीडियो दे एंड तक बने रहो। ते आजो जी फिर करदे आ गल्लबात वीरां नाल, ते नंबर लै के दिंदे आ। ते सैर तो तुसीं आर्डर क्वालिटी चैक कर लो जी, ते उस तों बाद बाई तों डिटेल लै के दिंदे आ वी की माल मुल करदा इहदा, ते किन्ना दुद्ध हैगा, किवें सूए आ, दीवें दिखाउने आ गे पिछे तों। तुसीं देख लो आर्डर क्वालिटी चैक कर लो मझ दी। ਮੋੜ ਲਿਆ ਮਗਰ ਕੀ ਬੱਚਾ ਗਾ, ਮਗਰ ਕੱਟੀ ਆ ਬਾਈ, ਬੁਰੀ ਬੁਰੀ ਕੱਟੀ ਆ ਮਗਰ। ਲੈ ਬਈ ਮਿੱਤਰੋ ਪਿਓਰ ਬੁਰੀ ਕੱਟੀ ਆ ਮਗਰ ਇਹਦੇ। ਤੇ ਕਹਿ ਦਿਨ ਹੋ ਗਏ ਬਾਈ ਸੂਈ ਨੂੰ ਜੀ? ਮਿੱਤਰੋ ਤੁਹਾਨੂੰ ਇੱਕ ਪਹਿਲੇ ਸੂਏ ਝੋਟੀ ਦਿਖਾਉਣੇ ਆ ਗਏ ਆਪਾਂ, ਤੇ ਬਾਈ ਤੋਂ ਲੈ ਕੇ ਦੇਣਾ ਡਿਟੇਲ। ਲੈ ਬਾਈ ਤੋਰ ਕੇ ਦਿਖਾ ਦੇ ਗਰਾਏ ਨੂੰ। ਲੈ ਬਈ ਮਿੱਤਰੋ ਤੁਰਦੀ ਦੇਖ ਲੋ ਗਰਾ ਤੁਸੀਂ, ਤੇ ਪਿੱਠ ਪੁੜੇ ਦੇਖ ਲੋ। ਆਰਡਰ ਕੁਆਲਿਟੀ ਚੈੱਕ ਕਰ ਲੋ ਜੀ ਤੁਸੀਂ, ਬਹੁਤ ਸੋਹਣੀ ਆਰਡਰ ਕੁਆਲਿਟੀ ਲੱਗਿਆ। ਤੇ ਬਾਈ ਤੋਂ ਲੈ ਕੇ ਦਿੰਦੇ ਆਪਾਂ ਡਿਟੇਲ। ਮੋੜ ਲਿਆ ਬਾਈ, ਡਿਟੇਲ ਲੈ ਕੇ ਦਿੰਦੇ ਬਾਈ ਦੀ ਵੀ ਪਹਿਲੇ ਸੂਏ ਆ ਵੀ ਕੀ ਡਿਟੇਲ ਆ ਜੀ। ਹਾਂ ਬਾਈ ਰੋਕ ਲਾ। ਤੇ ਬਾਈ ਜਿਹੜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਗੇ? ਭਾਈ ਦੇਸੇ ਤੋਂ ਆ ਵੀਰ। ਤੇ ਜਿਹੜੀ ਆਪਾਂ ਮੱਝ ਆਹ ਝੋਟੀ ਤੋੜ ਕੇ ਦਿਖਾਈ, ਇਹਦੀ ਕੀ ਡਿਟੇਲ ਆ ਬਾਈ? ਵੀਰ ਪਹਿਲੇ ਸੂਏ ਆ, 5 ਦਿਨਾਂ ਦੀ ਸੂਈ ਆ, 6 ਕਿਲੋ ਦੁੱਧ ਆ, ਭਲੂਣ ਆ। ਠੀਕ ਹੈ, ਮਗਰ ਕੀ ਆ ਜੀ? ਮਗਰ ਕੱਟੀ ਆ ਵੀਰੇ, ਮਗਰ ਕੱਟੀ ਆ, ਮਾਲ ਮੁੱਲ ਕਰਦਾ ਵੀਰੇ? 90,000 ਲੈਣ ਦੇ, ਬਾਹਲਾ ਲੈਣ ਦੇ, ਲੈਣ ਦੇਣ ਦੱਸ ਤੂੰ ਲਾਸਟ ਜਮਾ ਖਿੱਚ ਕੇ 80,000 ਦੀ ਝੋਟੀ ਛੱਡਦਾ। ਲੈ ਵੀ ਬਾਈ ਕਹਿੰਦਾ ਖਿੱਚ ਧੋ ਕੇ ਹੋਰ ਵੀ ਮਾਨਦਾਨ ਹੋ ਜੂ, ਕਹਿੰਦਾ 80,000 ਦੀ ਸਾੜ ਦਿਆਂਗੇ। ਤੇ ਮੋਬਾਈਲ ਨੰਬਰ ਬੋਲ ਦੇ ਮੁੰਡਿਆ। ਮੋਬਾਈਲ ਨੰਬਰ 99-152-65-512। ਲੈ ਵੀ ਵੀਰ ਦਾ ਨੰਬਰ ਹੈਗਾ, ਤੁਸੀਂ ਕਨੈਕਟ ਕਰਕੇ ਵੀਰ ਤੋਂ ਆ ਝੋਟੀ ਖਰੀਦ ਸਕਦੇ ਹੋਗੇ। ਤੇ ਮਾਨਸਾ ਏਰੀਆ ਬਾਈ ਦਾ ਘਰ ਦੀ ਮੱਝ ਆ ਵੀਰ ਕੋਲੇ, ਤੇ ਇੱਕ ਹੀ ਲੈ ਕੇ ਆਇਆ, ਕੋਈ ਵਪਾਰ ਵਾਲੀ ਗੱਲ ਨੀ। ਝੋਟੀ ਗਾਹਾਂ ਜਾ ਕੇ ਵਧੀਆ ਬਣਨ ਵਾਲੀ ਝੋਟੀ ਹੈਗੀ, ਤੇ ਸਿੰਘਾਂ ਦੀ ਤੇ ਮੂੰਹ ਮੱਥੇ ਤੁਸੀਂ ਦੇ ਸਕਦੇ, ਪੂਰੀ ਕੁੰਡੀ ਹੈਗੀ। ਤੇ ਵੀਰ ਨਾਲ ਕਨੈਕਟ ਕਰਕੇ ਤੁਸੀਂ ਮੱਝ ਆਪਦੀ ਤਸੱਲੀ ਨਾਲ ਤੇ 2 ਡੰਗਰੇ ਚੋ ਕੇ ਲੈ ਸਕਦੇ ਹੋ ਜੀ। ਤੇ ਆ ਜੋ ਜੀ ਅੱਗੇ ਦਿਖਾਉਣੇ ਤੁਹਾਨੂੰ ਫਿਰ ਹੋਰ ਵੀਡੀਓ। ਲੈ ਵੀ ਮਿੱਤਰੋ ਤੁਹਾਨੂੰ ਬੁਰੀ ਝੋਟੀ ਦਿਖਾਉਣੇ, ਮੰਡੀ ਦਾ ਸ਼ਿੰਗਾਰ ਆ ਪੂਰੀ। ਤੇ ਬਾਈ ਤੋਂ ਲੈਣੇ ਆ ਇਹਦੀ ਡਿਟੇਲ, ਪਹਿਲਾਂ ਤੁਰਦੀ ਹੁੰਦੇ ਤੋੜ ਕੇ ਦਿਖਾ ਦੇ ਬਾਈ ਕਰਾਂ। ਲੈ ਵੀ ਪਿੱਠ ਪੁੜੇ ਦੀ ਚੈੱਕ ਕਰ ਲੋ, ਬਹੁਤ ਸੋਹਣੀ ਝੋਟੀ ਆ ਪਿੱਠ ਪੁੜੇ ਦੀ। ਤੇ ਆਰਡਰ ਕੁਆਲਿਟੀ ਚੈੱਕ ਕਰ ਲੋ ਤੁਸੀਂ, ਤੇ ਬਾਈ ਤੋਂ ਲੈ ਕੇ ਦੇਵਾਂ ਡਿਟੇਲ, ਨੇੜੇ ਦੇਖ ਲੋ ਗਰਾਂਡਰ ਕੁਆਲਿਟੀ। ਤੇ ਪਿੱਠ ਪੁੜੇ ਦੇਖ ਲੋ, ਮੂੰਹ ਮੱਥੀ ਦਿਖਾਉਣੇ ਸੋਹਣੀ। ਸਾਈਡ ਤੋਂ ਆਰਡਰ ਕੁਆਲਿਟੀ ਚੈੱਕ ਕਰ ਲੋ ਗਰਾਂ। ਤੇ ਬਾਈ ਤੋਂ ਲੈਣੇ ਇਹਦੀ ਡਿਟੇਲ ਆਪਾਂ। ਖੜ ਜਾ ਬਾਈ, ਖੜ ਜਾ, ਖੜ ਜਾ, ਖੜ ਜਾ। ਤੇ ਸਿੰਗਾ ਸੁੰਗਾ ਤੁਸੀਂ ਦੇਖ ਲੋ ਬਾਈ, ਪੂਰੀ ਕੁੰਡੀ ਆ, ਮੂੰਹ ਮੱਥੇ ਦੀ ਸੁਨੱਖੀ ਹੈਗੀ ਬਾਈ। ਜਿਹੜੀ ਆਪਾਂ ਆਹ ਮੱਝ ਤੋੜ ਕੇ ਦਿਖਾਈ, ਇਹ ਕਿਵੇਂ ਸੂਏ ਮੱਝ ਹੈਗੀ? ਪਹਿਲੇ ਸੂਏ ਆ। ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ? ਅਸੀਂ ਆਏ ਆ ਲੁਧਿਆਣਾ ਜ਼ਿਲ੍ਹਾ ਦਰਾਹੇ ਦੇ ਕੋਲ, ਮੱਲੀਪੁਰ ਪਿੰਡ ਆ। ਮੱਲੀਪੁਰ ਪਿੰਡ ਤੋਂ? ਠੀਕ ਹੈ ਜੀ। ਨਹੀਂ, 5 ਨਾਗ ਨੇ ਜੀ ਸਾਡੇ ਕੋਲ। ਠੀਕ ਹੈ ਠੀਕ। 3 ਮੱਝਾਂ ਨੇ, 1 ਗਾਂ, 1 ਛੋਟੀ ਕੱਟੀ ਹੈ। ਠੀਕ ਹੈ ਜੀ। ਤੇ ਇਹ ਪਹਿਲਣ ਆ ਜੀ? ਪਹਿਲਣ ਆ। ਠੀਕ ਹੈ ਜੀ। ਬਸ ਹੁਣ ਦੇ ਲਵੇ ਹੀ ਆ ਜੀ। ਠੀਕ ਹੈ, 4-5 ਕਿਦਾਂ ਰਹਿੰਦੇ ਆ। ਠੀਕ ਹੈ ਠੀਕ ਹੈ ਠੀਕ ਆ। ਤੇ ਇਹਦਾ ਕੀ ਮਾਲ ਮੁੱਲ ਕਰਦੇ ਆ ਆਪਾਂ? ਇਹਦਾ 1.70 ਜੀ। 1.70 ਠੀਕ ਹੈ। ਕਿਤੇ ਜਦੋਂ ਖਿੱਚ ਕੇ ਛੱਡ ਦਾਂਗੇ ਲਾਸਟ ਆਪਾਂ। ਹਾਂ ਨਾ, 40-45। ਲੈ ਵੀ ਬਾਈ ਕਹਿੰਦਾ 1.70 ਮੰਗਦੇ ਆਂਗੇ, 40-45 ਦੀ ਸਾੜ ਦੇ ਬਾਈ ਕਹਿੰਦਾ।
ਪੂਰੀ ਝੋਟੀ ਤੁਸੀਂ ਦੇ ਸਕਦੇ ਦੁੱਧ ਕਿੰਨਾ ਪਾਜੂ ਜੀ ਪੰਦਰਾਂ ਚੌਦਾਂ ਪੰਦਰਾਂ ਕਿਲੋ ਦੁੱਧ ਪੰਦਰਾਂ ਵੀ ਕਰਨਾ ਚਾਹੀਦਾ ਪਹਿਲੇ ਸੂਏ ਬਾਈ ਕਹਿੰਦਾ ਚੌਦਾਂ ਪੰਦਰਾਂ ਲੀਟਰ ਦੁੱਧ ਪਾਜੂਗੀ ਤੇ ਬਾਈ ਆਪਣਾ ਨੰਬਰ ਬੋਲ ਦਿਓ 95011-23009 95011-23009 ਲੈ ਵੀ ਆਹ ਬਾਈ ਦਾ ਨੰਬਰ ਆ ਝੋਟੀ ਤੁਸੀਂ ਇੱਕ ਵਾਰੀ ਹੋਰ ਦੇਖ ਲਓ ਕੋਲੋਂ ਦਿਖਾ ਦੇ ਸਾਨੂੰ ਮੂੰਹ ਮੱਥੇ ਦੀ ਤੇ ਸਿੰਗਾਂ ਦੀ ਵਪਾਰ ਲੈਣ ਦਾ ਬਾਈ ਦਾ ਕੰਮ ਹੈਗਾ ਚੌਦਾਂ ਪੰਦਰਾਂ ਲੀਟਰ ਕਹਿੰਦਾ ਦੁੱਧ ਪਾਜੂਗੀ ਤੇ ਰਾਮਪੁਰੇ ਮੰਡੀ ਦੀ ਟੋਪ ਦੀ ਮੱਝ ਆ ਗਈ 170 ਮਾਰ ਦਿਆ ਬਾਈ ਕਹਿੰਦਾ 40-45 ਦੀ ਛੱਡ ਦਿਆਂਗੇ ਤੇ ਇੱਕ ਵਾਰੀ ਤੁਸੀਂ ਪਿੱਠ ਪੁੜਾ ਫੇਰ ਦੇਖ ਲਓ ਮਿੱਤਰੋ ਤੇ ਧਰਤੀ ਨੂੰ ਦੇਖ ਲਓ ਬਹੁਤ ਸੋਹਣੀ ਆਰਡਰ ਕੁਆਲਿਟੀ ਲੱਗੀ ਹੋਈ ਆ ਮੁੱਠੀ ਖਾਣ ਲੱਗਿਆ ਗੈਪ ਸਾਨੂੰ ਤੁਸੀਂ ਦੇ ਸਕਦੇ ਹੋਗੇ ਗੈਪ ਦੇਖ ਲਓ ਸਾਨੂੰ ਪੂਰਾ ਹੈਗਾ ਤੇ ਬਹੁਤ ਸੋਹਣੀ ਝੋਟੀ ਆ ਜੀ ਬੂਰੀ ਨਸਲ ਦੀ ਤੇ ਜੇ ਵੀਰ ਨੇ ਲੈਣੇ ਨੰਬਰ ਤੁਹਾਨੂੰ ਲੈ ਕੇ ਦਿੱਤਾ ਜੀ ਤੇ ਵੀਰ ਨਾਲ ਕਨੈਕਟ ਕਰਕੇ ਆਪਦੀ ਤਸੱਲੀ ਤੇ ਝੋਟੀ ਲੈ ਸਕਦੇ ਜੀ ਧੰਨਵਾਦ ਲੈ ਵੀ ਮਿੱਤਰੋ ਤੀਜੇ ਸੂਏ ਦੀ ਮੱਝ ਤੁਹਾਨੂੰ ਤੋੜ ਕੇ ਦਿਖਾਉਣੇ ਚੈੱਕ ਕਰ ਲਓ ਪਿੱਠ ਪੁੜੇ ਤੋੜ ਦੇ ਬਾਈ ਕਰਾਂ ਪਿੱਠ ਪੁੜੇ ਦੀ ਤੇ ਆਰਡਰ ਕੁਆਲਿਟੀ ਚੈੱਕ ਕਰ ਲਓ ਮੱਝ ਨੂੰ ਤੇ ਬਾਈ ਤੋਂ ਲੈ ਕੇ ਦੇਵਾਂਗੇ ਆਪਾਂ ਡਿਟੇਲ ਪਿੱਠ ਪੁੜੇ ਦੀ ਬਹੁਤ ਚੌੜੀ ਮੱਝ ਆ ਗਈ ਤੇ ਬਾਈ ਤੋਂ ਡਿਟੇਲ ਲੈ ਕੇ ਦਿੰਦੇ ਹਾਂ ਜੀ ਆਪਾਂ ਤੋੜਦੇ ਬਾਈ ਐਨ ਸਾਈਡ ਤੋਂ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਲਓ ਜੀ ਉਦੋਂ ਬਾਅਦ ਬਾਈ ਤੋਂ ਡਿਟੇਲ ਲੈ ਕੇ ਦਿੰਦੇ ਹਾਂ ਵੀ ਕੀ ਮਾਲ ਮੁੱਲ ਕਰਦਾ ਇਹਦਾ ਤੇ ਕਿੰਨਾ ਦੁੱਧ ਹੈਗਾ ਕਿਵੇਂ ਸੂਏ ਆ ਰੋਕ ਲਾ ਬਾਈ ਰੋਕ ਲਾ ਹਾਂਜੀ ਬਾਈ ਜੀ ਕਿਹੜਾ ਪਿੰਡ ਆਪਣਾ ਜੈਤੋ ਮੰਡੀ ਬਾਈ ਬਾਜੇ ਖਾਨੇ ਕੋਲ ਜੈਤੋ ਮੰਡੀ ਬਾਜੇ ਖਾਨੇ ਕੋਲ ਆ ਠੀਕ ਆ ਜ਼ਿਲ੍ਹਾ ਫਰੀਦਕੋਟ ਤੇ ਬਾਈ ਜਿਹੜੀ ਆਪਾਂ ਆਹ ਮੱਝ ਤੋੜ ਕੇ ਦਿਖਾਈ ਇਹਦੀ ਕੀ ਡਿਟੇਲ ਆ ਗਈ ਇਹ ਤੀਜਾ ਸੂਆ ਸੂਈ ਆ ਬਾਈ ਜੀ 4 ਦਿਨਾਂ ਦੀ ਸੂਈ ਆ ਠੀਕ ਹੈ ਜੀ ਤੇ 15 ਲੀਟਰ ਤਿਆਰ ਆ ਬਾਈ ਜੀ ਦੁੱਧ ਦੇ ਥੱਲੇ ਠੀਕ ਹੈ ਜੀ ਠੀਕ ਆ ਤੇ 17-18 ਕਿਲੋ ਪਾਊਗੀ ਜੀ ਪੀਲੇ ਸੂਏ 15 ਦਿੱਤੇ ਦੂਜੇ ਸੂਏ ਠੀਕ ਹੈ ਜੀ ਠੀਕ ਆ 1,10,000 ਰੁਪਏ ਮੁੱਲ ਆ ਬਾਈ 1,10,000 ਰੁਪਏ ਮੁੱਲ ਕਰਦੇ ਹਾਂ ਤੇ ਦੁੱਧ ਕਿੰਨਾ ਕਿਹਾ ਬਾਈ ਇਹਦਾ 15 ਲੀਟਰ ਤਿਆਰ ਹੈ ਜੀ 15 ਲੀਟਰ ਤਿਆਰ ਹੈਗਾ ਚਵਾ ਕੇ ਦੇ ਦੋਗੇ ਦੋ ਡੰਗ ਹਾਂਜੀ ਹਾਂਜੀ ਤੇ ਆਪਣੇ ਕੋਲ ਘਰੇ ਵੀ ਪਸ਼ੂ ਹੁੰਦੇ ਹੈਗੇ ਹਾਂ ਘਰੇ ਹੁੰਦੇ ਠੀਕ ਆ ਤੇ ਇਹਦੇ ਮਗਰ ਕੀ ਬੱਚਾ ਵੀਰੇ ਕੱਟਾ ਜੀ ਕੱਟਾ ਠੀਕ ਆ ਠੀਕ ਆ ਕੀ ਮਾਲ ਮੁੱਲ ਕਰਦੇ ਵੀਰੇ ਇਹਦਾ ਠੀਕ ਆ ਛੱਡਣੀ ਕਿੱਥੋਂ ਤੱਕ ਲਾਸਟ ਵੀ ਆਪਾਂ ਤਾਂ ਇੰਨੇ ਤੋਂ ਘੱਟ ਦੇਣੀ ਨੀ 1,00,000 ਠੀਕ ਆ ਲੈ ਵੀਰ ਕਹਿੰਦਾ 1,10,000 ਰੁਪਇਆ ਮਾਲ ਮੁੱਲ ਕਰ ਦਿਆਂਗੇ ਤੇ 1,00,000 ਚੋਂ ਕਹਿੰਦਾ ਮਾਨ ਤਾਨ ਕਰ ਦਿਆਂਗੇ ਮੌਕੇ ਤੇ ਮੱਝ ਤੁਸੀਂ ਦੇ ਸਕਦੇ ਹੋ ਮੂੰਹ ਮੱਥੇ ਦੀ ਤੇ ਪਿੱਠ ਪੁੜੇ ਦੀ ਚੈੱਕ ਕਰ ਲਓ ਤੇ ਵੀਰ ਦਾ ਕਨੈਕਟ ਨੰਬਰ ਲੈ ਕੇ ਦਿੰਦੇ ਆ ਆਪਾਂ ਤੇ ਨੰਬਰ ਬੋਲਦੇ ਵੀਰੇ ਆਪਣਾ ਨੰਬਰ ਆਪਣਾ 97-18-15-150 ਇੱਕ ਵਾਰੀ ਹੋਰ ਬੋਲਦੇ ਜੀ 97-18-15-150 ਲੈ ਵੀ ਮਿੱਤਰੋ ਆਹ ਬਾਈ ਦਾ ਨੰਬਰ ਹੈਗਾ ਘਰੇ ਵੀ ਬਾਈ ਕੋਲੇ ਮੱਝਾਂ ਹੁੰਦੀਆਂ ਹੈਗੀਆਂ ਵਪਾਰ ਲੈਣ ਦਾ ਕੰਮ ਆ ਬਾਈ ਦਾ ਤੇ ਤੁਸੀਂ ਕਨੈਕਟ ਕਰਕੇ ਜੇ ਤੁਹਾਨੂੰ ਆਹ ਮੱਝ ਚੰਗੀ ਲੱਗਦੀ ਹੈਗੀ ਤਾਂ ਆਹ ਖਰੀਦੋ ਨਹੀਂ ਬਾਈ ਨਾਲ ਕਨੈਕਟ ਕਰਕੇ ਹੋਰ ਵੀ ਘਰੇ ਪਸ਼ੂ ਹੁੰਦੇ ਹੈਗੇ ਤਾਂ ਡਿਟੇਲ ਲੈ ਕੇ ਬਾਈ ਤੋਂ ਗੱਲਬਾਤ ਕਰਕੇ ਤੁਸੀਂ ਹੋਰ ਵੀ ਪਸ਼ੂ ਖਰੀਦ ਸਕਦੇ ਹੋ ਜੇ ਆਹ ਮੱਝ ਖਰੀਦਣੇ ਤੁਸੀਂ ਬਾਈ ਤੋਂ ਡਿਟੇਲ ਲੈ ਲਓ ਪੂਰੀ ਤੇ ਬਾਈ ਕਹਿੰਦਾ ਦੁੱਧ ਜਿਹੜਾ ਦੇਣਾ ਆਪਾਂ ਘਰੇ ਚਵਾ ਕੇ ਦੇ ਦਿਆਂਗੇ ਤੇ ਆਪਦੀ ਤਸੱਲੀ ਨਾਲ ਮੱਝ ਲੈ ਲਓ ਜੀ ਧੰਨਵਾਦ ਹਾਂਜੀ ਮਿੱਤਰੋ ਤੁਹਾਨੂੰ ਇੱਕ ਬੂਰੀ ਝੋਟੀ ਇੱਕ ਹੋਰ ਦਿਖਾਉਣਾ ਸਾਹਮਣੇ ਖੜੀ ਆਪਣੇ ਤੁਸੀਂ ਦੇ ਸਕਦੇ ਹੋ ਪਿੱਠ ਪੁੜੇ ਦੀ ਪਹਿਲਾਂ ਚੈੱਕ ਕਰ ਲਓ ਤੇ ਆਰਡਰ ਕੁਆਲਿਟੀ ਵੀ ਚੈੱਕ ਕਰ ਲਓ ਥਣਾਂ ਦਾ ਗਾਇਬ ਦੇਖ ਲਓ ਬਹੁਤ ਸੋਹਣਾ ਗਾਇਬ ਆ ਥਣਾਂ ਦਾ ਤੇ ਮੁੱਠੀ ਥਣ ਲੱਗੇ ਹੋਇਆ ਮੱਝ ਨੂੰ ਚੈੱਕ ਕਰ ਲਓ ਤੇ ਆਪਾਂ ਬਾਈ ਤੋਂ ਤੋੜ ਕੇ ਤੇ ਉਦੋਂ ਬਾਅਦ ਡਿਟੇਲ ਲੈ ਕੇ ਦਿੰਦੇ ਹਾਂ ਬਾਈ ਤੋੜ ਕੇ ਦਿਖਾਦੇ ਕਰਾਂ ਖੋਲ ਕੇ ਲੈ ਵੀ ਬਾਈ ਤੋਂ ਤੋੜ ਕੇ ਦਿਖਾਉਣਾਂਗੇ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ ਥਣਾਂ ਦਾ ਗਾਇਬ ਦੇਖ ਲਓ ਤੇ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਆਪਾਂ ਵੀ ਕਿਵੇਂ ਸੂਏ ਆ ਤੇ ਕਿੰਨਾ ਦੁੱਧ ਹੈਗਾ ਮੂੰਹ ਮੱਥੇ ਤੁਸੀਂ ਚੈੱਕ ਕਰ ਲਓ ਤੇ ਸਿੰਗਾਂ ਸੁੰਗਾਂ ਦੀ ਪੂਰੀ ਘੈਂਟ ਝੋਟੀ ਹੈਗੀ ਬੁਰੀ ਨਸਲ ਦੀ ਤੁਰਦੀ ਤੁਸੀਂ ਦੇ ਸਕਦੇ ਹੋ ਮਿੱਤਰੋ ਮੋੜ ਲਿਆ ਬਾਈ ਤੇ ਬਾਈ ਤੋਂ ਡਿਟੇਲ ਲੈ ਕੇ ਦਿੰਦੇ ਆਪਾਂ ਸਾਰੀ ਇਹਦੀ ਵੀ ਕੀ ਮਾਲ ਮੁੱਲ ਕਰਦਾ ਬਾਈ ਕਿੰਨਾ ਦੁੱਧ ਹੈਗਾ ਬੰਨ ਦੇ ਬਾਈ ਹਾਂਜੀ ਬਾਈ ਕਿਹੜਾ ਪਿੰਡ ਆਪਣਾ ਬਾਈ ਮਾੜੀ ਮਾੜੀ ਮਹਾਰਾਜ ਕੋਲੇ ਅੜੀ ਠੀਕ ਆ ਠੀਕ ਆ ਜਿਹੜੀ ਬਾਈ ਆਪਾਂ ਆਹ ਝੋਟੀ ਤੋੜ ਕੇ ਦਿਖਾਈ ਇਹਦੀ ਕੀ ਡਿਟੇਲ ਆ ਗਈ ਇਹਦਾ ਬਾਈ 70,000 ਦਾ ਮੁੱਲ ਆ ਠੀਕ ਆ ਪਹਿਲੇ ਸੂਏ ਆ ਸੂਈ ਹੋਈ ਹੈਗੀ ਸੂਈ ਹੋਈ ਆ ਠੀਕ ਆ ਦਿਨ ਹੋ ਗਏ ਸੂਈ ਨੂੰ 7 ਦਿਨ ਹੋ ਗਏ ਮਗਰ ਕੀ ਬੱਚਾ ਹੈਗਾ ਮਗਰ ਕੱਟੀ ਆ ਬਾਈ ਬੂਰੀ ਉਹਦੇ ਬੂਰੀ ਕੱਟੀ ਆ ਮਗਰ ਲੈ ਵੀ ਮਿੱਤਰੋ ਪਿਓਰ ਬੂਰੀ ਕੱਟੀ ਆ ਮਗਰ ਇਹਦੇ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ 7 ਦਿਨ ਹੋ ਗਏ ਬਾਈ 7 ਦਿਨ ਹੋ ਗਏ ਕਿੱਦਾਂ ਕਿੰਨਾ ਦੁੱਧ ਆ ਬਾਈ ਇਹਦੇ ਥੱਲੇ ਹੁਣ ਇਹਦੇ 9 ਕਿਲੋ ਆ ਬਾਈ 9 ਕਿਲੋ ਠੀਕ ਆ ਤੇ ਕੀ ਮਾਲ ਮੁੱਲ ਕਰਦੇ ਮੇਰੇ ਇਹਦਾ ਇਹਦਾ ਬਾਈ 75,000 ਮੁੱਲ ਆ 70 ਤੋਂ ਘੱਟ ਨਹੀਂ ਦੇਣੀ ਤੇ ਬਾਈ ਕਨੈਕਟ ਨੰਬਰ ਬੋਲ ਦਿਆ ਆਪਣਾ 98723 61427 ਲੈ ਮਿੱਤਰੋ ਆਹ ਨੰਬਰ ਆ ਬਾਈ ਦਾ ਝੋਟੀ ਤੁਸੀਂ ਇੱਕ ਵਾਰੀ ਹੋਰ ਚੈੱਕ ਕਰ ਲਓ ਪਿੱਠ ਪੁੜੇ ਦੀ ਤੇ ਥਣਾਂ ਦੀ ਤੇ ਬਾਈ ਨੂੰ ਜੇ ਪਸੰਦ ਆਈ ਤੁਹਾਨੂੰ ਆਹ ਝੋਟੀ ਤਾਂ ਬਾਈ ਤੋਂ ਕਨੈਕਟ ਕਰਕੇ ਆਹ ਝੋਟੀ ਖਰੀਦ ਸਕਦੇ ਹੋ
ਤੇ ਬਾਈ ਨੇ ਤੁਹਾਨੂੰ ਰੇਟ ਦੱਸਤਾ ਬਾਈ ਨਾਲ ਕਨੈਕਟ ਕਰ ਲਿਓ ਤੇ ਬਾਈ ਇਹ ਵਪਾਰ ਲੈਂਦੇ ਕਿ ਘਰ ਦੀ ਹੈਗੀ ਘਰ ਦੀ ਝੋਟੀ ਹੈਗੀ 9 ਕਿਲੋ ਦੁੱਧ ਬਾਈ ਕਹਿੰਦਾ ਚਵਾ ਕੇ ਦੇ ਦੋਗੇ ਬਾਈ 9 ਕਿਲੋ 9 ਕਿਲੋ ਬਾਈ ਕਹਿੰਦਾ ਚਵਾ ਕੇ ਦੇ ਦੋ ਝੋਟੀ ਬੰਨ ਵਾਲੀ ਝੋਟੀ ਹੈ ਬਾਈ ਤੇ ਦੋ ਤਿੰਨ ਰੰਗ ਬਾਈ ਕਹਿੰਦਾ ਚਵਾ ਕੇ ਲੈਣ ਬੰਨ ਵਾਲੀ ਝੋਟੀ ਹੈਗੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਆਹ ਨੰਬਰ ਤੇ ਤੁਸੀਂ ਬਾਈ ਨਾਲ ਕਨੈਕਟ ਕਰਕੇ ਆਹ ਝੋਟੀ ਖਰੀਦ ਸਕਦੇ ਹੋ ਜੀ ਧੰਨਵਾਦ ਇਹ ਵੀ ਮਿੱਤਰੋ ਮੋਹਰਾ ਨਸਲ ਦੀ ਤੁਹਾਨੂੰ ਕਿਵੇਂ ਸੂਏ ਬਾਈ ਇਹ ਦੂਜੇ ਜੀ ਦੂਜੇ ਸੂਏ ਦੀ ਝੋਟੀ ਤੋੜ ਕੇ ਦਿਖਾਉਣੇ ਆਗੇ ਤੇ ਤੁਸੀਂ ਚੈੱਕ ਕਰ ਲਿਓ ਤੁਰਦੀ ਨੂੰ ਡਿਟੇਲ ਲੈ ਕੇ ਦੇਵਾਂਗੇ ਪਿੱਠ ਪੁੜੇ ਦੀ ਬਹੁਤ ਸੋਹਣੀ ਹੈਗੀ ਸਿੰਗਾ ਸੁੰਗਾ ਦੀ ਦੇਖ ਲਓ ਮੂੰਹ ਮੱਥੇ ਦੀ ਪੂਰੀ ਸੁਨੱਖੀ ਮੱਝ ਆ ਗਈ ਆਰਡਰ ਕੁਆਲਿਟੀ ਤੁਹਾਨੂੰ ਆਪਾਂ ਦੱਸੇ ਤੋਂ ਦਿਖਾ ਦਿੰਦੇ ਚੈੱਕ ਕਰ ਲਓ ਆਰਡਰ ਕੁਆਲਿਟੀ ਜੇ ਕਹਿ ਲਓ ਪਿੱਠ ਪੁੜੇ ਦੀ ਖੁੱਲੀ ਆ ਪੂਰੀ ਮੱਝ ਤੇ ਬਾਈ ਤੋਂ ਡਿਟੇਲ ਲੈ ਕੇ ਦਿੰਦੇ ਹਾਂ ਵੀ ਬਾਈ ਕੀ ਮਾਲ ਮੁੱਲ ਕਰਦਾ ਗਾ ਇੱਕ ਵਾਰੀ ਇਧਰੋਂ ਸਾਈਡ ਤੋਂ ਦੇਖ ਲਓ ਬਾਈ ਤੋਂ ਡਿਟੇਲ ਲੈ ਕੇ ਦਿੰਦੇ ਆਪਾਂ ਖੜ ਜਾ ਬਾਈ ਉਰੇ ਹਾਂਜੀ ਬਾਈ ਕਿਹੜੇ ਪਿੰਡ ਤੋਂ ਆਏ ਆਪਾਂ ਲਹਿਰੇ ਮੁਹੱਬਤ ਤੋਂ ਠੀਕ ਆ ਫਿਰ ਤਾਂ ਭੂਆ ਦੇ ਪਿੰਡ ਤੋਂ ਹੀ ਆ ਤੇ ਬਾਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਇਹਦੀ ਕੀ ਡਿਟੇਲ ਆ ਗਈ ਦੱਸ ਦੋ ਸੂਆ ਦੂਜਾ ਜੀ ਦੂਜੇ ਸੂਏ ਆ ਠੀਕ ਆ ਜੀ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਜੀ ਇਹਨੇ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਠੀਕ ਆ ਦੋ ਡੰਗ ਚਵਾ ਕੇ ਦੇ ਦੋਗੇ ਮੰਨ ਕੇ ਘਰੇ ਘਰੇ ਤਿੰਨ ਡੰਗ ਚੋਣ ਠੀਕ ਆ ਠੀਕ ਆ ਲੈ ਵੀ ਬਾਈ ਲਹਿਰੇ ਮੁਹੱਬਤ ਤੋਂ ਆਇਆ ਜ਼ਿਲ੍ਹਾ ਬਠਿੰਡਾ ਤੇ 13 ਲੀਟਰ ਬਾਈ ਕਹਿੰਦਾ ਚਵਾ ਕੇ ਦੇਵਾਂਗੇ ਪਹਿਲੇ ਸੂਏ ਕਿੰਨਾ ਦਿੱਤਾ ਬਾਈ ਨੇ 14 ਲੀਟਰ ਤੇ ਬਾਈ ਕਹਿੰਦਾ 13 ਲੀਟਰ ਚਵਾ ਕੇ ਦੇਵਾਂਗੇ ਤੇ ਹੋਰ ਵੀ ਵਧੂ ਬਾਈ ਦੁੱਧ ਇਹ ਦੁੱਧ ਹੋਰ ਵੱਧ ਜੂ ਵਧਣਾ 17 ਲੀਟਰ ਠੀਕ ਆ ਠੀਕ ਆ ਠੀਕ ਆ ਇਹ ਦਿਨ ਹੋ ਗਏ ਸੂਈ ਨੂੰ 9 ਦਿਨ ਹੋ ਗਏ ਮਗਰ ਕੀ ਹੈ ਮਗਰ ਕੱਟਾ ਗਾ ਠੀਕ ਆ ਤੇ ਨੰਬਰ ਬੋਲਦੇ ਵੀਰੇ ਆਪਣਾ 93783 ਠੀਕ ਆ ਜੀ 043 ਤੇ ਕੀ ਮਾਲ ਮੁੱਲ ਕਰਦੇ ਵੀਰੇ ਦਾ ਮਾਲ ਮੁੱਲ ਤਾਂ 1.5 ਲੱਖ ਕਰਦੇ 1.5 ਲੱਖ ਰੁਪਿਆ ਲੈਣ ਦੇਣ ਦੱਸ ਦੋ ਮੁੱਲ ਦਾ ਮੌਕੇ ਤੇ ਲੈ ਵੀ ਬਾਈ ਦਾ ਕਨੈਕਟ ਨੰਬਰ ਤੁਹਾਨੂੰ ਬੋਲਤਾ ਆਪਾਂ 1.5 ਲੱਖ ਰੁਪਿਆ ਬਾਈ ਮੁੱਲ ਕਰਦਾ ਗਾ ਲੈਣ ਦੇਣ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਜੇ ਕਿਸੇ ਵੀਰ ਨੂੰ ਆਹ ਝੋਟੀ ਦੂਜੇ ਸੂਏ ਦੀ ਪਸੰਦ ਆਉਂਦੀ ਹੈਗੀ ਤਾਂ ਬਾਈ ਨਾਲ ਤੁਸੀਂ ਕਨੈਕਟ ਕਰਕੇ 2-3 ਡੰਗ ਚਵਾ ਕੇ ਘਰੇ ਤਸੱਲੀ ਨਾਲ ਝੋਟੀ ਬਾਈ ਤੋਂ ਲੈ ਸਕਦੇ ਹੋ ਨੰਬਰ ਬਾਈ ਇੱਕ ਵਾਰੀ ਹੋਰ ਬੋਲਦੇ 94783 043 ਠੀਕ ਆ ਜੀ ਆਹ ਨੰਬਰ ਆ ਬਾਈ ਦਾ ਕਨੈਕਟ ਕਰਕੇ ਤੁਸੀਂ ਤਸੱਲੀ ਹੋਰ ਵੀ ਬਾਈ ਆਪਣੇ ਕੋਲ ਘਰੇ ਮੱਝਾਂ ਹੁੰਦੀਆਂ ਲੈ ਬਾਈ 5-7 ਘਰੇ ਹੁੰਦੀਆਂ ਮੰਨ ਲਓ 5-7 ਬਾਈ ਕੋਲੇ ਹੋਰ ਵੀ ਖੜੇ ਹੁੰਦੇ ਜੇ ਤੁਹਾਨੂੰ ਆਹ ਮੱਝ ਪਸੰਦ ਆਉਂਦੀ ਹੈਗੀ ਤਾਂ ਤੁਸੀਂ ਆਹ ਮੱਝ ਖਰੀਦ ਲਿਓ ਨਹੀਂ ਬਾਈ ਨਾਲ ਤੁਸੀਂ ਜੇ ਵਪਾਰ ਲੈਣ ਦਾ ਕੰਮ ਵਧਾਉਣਾ ਚਾਹੁੰਦੇ ਹੋ ਤਾਂ ਬਾਈ ਨਾਲ ਕਨੈਕਟ ਕਰ ਲਿਓ ਬਾਈ ਕੋਲੇ 5-7 ਮੱਝਾਂ ਘਰੇ ਚੰਗੀਆਂ ਚੰਗੀਆਂ ਮੱਝਾਂ ਹੀ ਲਿਆਉਂਦੇ ਹੋਗੇ ਬਾਈ ਹਨਾ ਘਰੇ ਚੰਗੀਆਂ ਚੰਗੀਆਂ ਮੱਝਾਂ ਹੁੰਦੀਆਂ ਬਾਈ ਕੋਲੇ ਜੇ ਖਰੀਦਣਾ ਤੁਸੀਂ ਖਰੀਦ ਸਕਦੇ ਹੋ ਤੇ ਵਪਾਰ ਲੈਣ ਦਾ ਕੰਮ ਵਧਾਉਣਾ ਤਾਂ ਬਾਈ ਨਾਲ ਕਨੈਕਟ ਕਰਕੇ ਤੁਸੀਂ ਵਧਾ ਸਕਦੇ ਹੋ ਧੰਨਵਾਦ ਲੈ ਵੀ ਬਾਈ ਕੋਲੇ ਦੂਜੀ ਮੱਝ ਆ ਗਈ ਉਹ ਵੀ ਆਪਾਂ ਤੋੜ ਕੇ ਦਿਖਾਉਣਾ ਲੈ ਬਾਈ ਤੋੜ ਕੇ ਦਿਖਾ ਦੇ ਪਿੱਠ ਪੁੜੇ ਦੀ ਤੇ ਆਰਡਰ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਿੰਦਾ ਮਿੱਤਰੋ ਤੁਰਦੀ ਨੂੰ ਤੁਸੀਂ ਦੇਖ ਲਿਓ ਮੂੰਹ ਮੱਥੇ ਤੁਸੀਂ ਦੇਖ ਲਓ ਕਿਵੇਂ ਹੈਗੀ ਆਦਾ ਤੇ ਆਪਾਂ ਤੁਰਦੀ ਨੂੰ ਦਿਖਾਉਣੇ ਆਗੇ ਪਿੱਛੇ ਤੋਂ ਤੁਸੀਂ ਦੇਖ ਲਓ ਆਰਡਰ ਕੁਆਲਿਟੀ ਚੈੱਕ ਕਰ ਲਓ ਮੱਝ ਦੀ ਮੋੜ ਲਿਆ ਬਾਈ ਮੋੜ ਲਿਆ ਤੇ ਬਾਈ ਤੋਂ ਇਹਦੀ ਵੀ ਆਪਾਂ ਡਿਟੇਲ ਲੈ ਕੇ ਦਿੰਦੇ ਹੈਗੇ ਵੀ ਕੀ ਮਾਲ ਮੁੱਲ ਇਹਦਾ ਕਰਦੇ ਹੈਗੇ ਤੇ ਕਿੰਨਾ ਦੁੱਧ ਆ ਕਿਵੇਂ ਸੂਏ ਹੈਗੇ ਬਾਈ ਤੋਂ ਸਾਰੀ ਡਿਟੇਲ ਲੈ ਕੇ ਤੁਹਾਨੂੰ ਦੇਵਾਂਗੇ ਆਪਾਂ ਕਿਹੜਾ ਪਿੰਡ ਆ ਬਾਈ ਆਪਣਾ ਲਹਿਰਾ ਮੁਹੱਬਤ ਹੀ ਆਪਣਾ ਵੀ ਠੀਕ ਆ ਠੀਕ ਆ ਜਿਹੜੀ ਆਪਾਂ ਬਾਈ ਮੱਝ ਤੋੜ ਕੇ ਦਿਖਾਈ ਹੈਗੀ ਇਹਦੀ ਕੀ ਡਿਟੇਲ ਆ ਕਿਵੇਂ ਸੂਏ ਹੈਗੀ ਤੇ ਕਿੰਨਾ ਦੁੱਧ ਆ ਦੂਜੇ ਸੂਏ ਆ ਠੀਕ ਆ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ 12-13 ਦਿਨ ਹੋ ਗਏ ਤੇ ਕਿੰਨਾ ਦੁੱਧ ਬਾਈ ਤਿਆਰ ਹੈ ਇਹਦਾ ਹੋਣਾ ਇਸ ਵਕਤ ਇਹਦਾ ਘਰੇ ਚਵਾ ਕੇ ਦੇ ਸਕੋ ਤੁਸੀਂ ਚਵਾ ਕੇ ਮੰਨ ਲਓ 13 ਲੀਟਰ ਆਪਾਂ ਦੇ ਸਕਦੇ 13 ਲੀਟਰ ਤੁਸੀਂ ਚਵਾ ਕੇ ਦੇ ਸਕਦੇ ਹੋਗੇ ਤੇ ਉਹ ਕਿੰਨਾ ਦੁੱਧ ਕਰ ਜੂ ਇਹ ਕੀ ਮਾਲ ਮੁੱਲ ਕਰਦੇ ਆਪਾਂ ਤੋੜ ਕੇ ਦਿਖਾਈ ਹੈਗੀ 1.25 ਲੱਖ ਰੁਪਿਆ ਤੇ ਲਾਸਟ ਲੈਣ ਦੇਣ ਕਿੱਥੋਂ ਤੱਕ ਆਪਾਂ ਤਾਂ ਏਦੋਂ ਵੱਧ ਘੱਟ ਦੇਣੀ ਨੀ ਗੀ ਉਹ ਫੋਨ ਤੇ ਕਰ ਲਓਗੇ ਲੈ ਵੀ ਬਾਈ ਤੋਂ ਤੁਸੀਂ ਫੋਨ ਤੇ ਕਨੈਕਟ ਕਰਕੇ 1.25 ਲੱਖ ਰੁਪਿਆ ਮੱਝ ਦਾ ਇਹਦਾ ਮੰਗਦਾ ਦੂਜੇ ਸੂਈ ਦਾ ਝੋਟੀ ਦਾ ਤੇ ਬਾਈ ਨਾਲ ਕਨੈਕਟ ਕਰਕੇ ਤੁਸੀਂ ਮਾਲ ਮੁੱਲ ਤੇ ਘਰੇ 2-3 ਡੰਗ ਬਾਈ ਕਹਿੰਦਾ ਚਵਾ ਕੇ ਦੇਣਾ 13 ਲੀਟਰ ਦੁੱਧ ਬਾਈ ਕਹਿੰਦਾ ਚਵਾ ਕੇ ਦੇਣਾ ਕੰਡੇ ਤੇ ਜਮਾ ਤੇ ਆਰਡਰ ਕੁਆਲਿਟੀ ਤੁਸੀਂ ਦੇ ਸਕਦੇ ਗਾਈਆਂ ਨਾਲ ਦੀ ਆਰਡਰ ਕੁਆਲਿਟੀ ਆ ਮੱਝ ਦੀ ਤੇ ਬਾਈ ਨਾਲ ਕਨੈਕਟ ਕਰਕੇ ਤੁਸੀਂ ਮੱਝ ਖਰੀਦ ਸਕਦੇ ਹੋ